ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਅਤੇ ਲੋਕਾਂ ਨੂੰ ਅੰਤਾਂ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ। ਦਰਅਸਲ ਤਸਵੀਰਾਂ ਫਤਿਹਗੁਰ ਸਾਹਿਬਦਿਆਂ ਨੇ ਜਿੱਥੇ ਕਿ ਲੋਕਾਂ ਨੂੰ ਉਸ ਵੇਲੇ ਗਰਮੀ ਤੋਂ ਰਾਹਤ ਮਿਲੀ ਜਦ ਮੀਂਹ ਪਿਆ। ਰਾਤ ਤੋਂ ਹੀ ਹਨੇਰੀ ਚੱਲ ਰਹੀ ਸੀ, ਤੇਜ਼ ਹਵਾਵਾਂ ਚੱਲ ਰਹੀਆਂ ਸੀ ਪਰ ਜਦ ਸਵੇਰੇ ਮੀਂਹ ਪਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੋਕਾਂ ਤੋਂ ਇਲਾਵਾ ਜਿਹੜੇ ਜੀਵ ਜੰਤੂ ਨੇ, ਪਸ਼ੂ ਪੰਛੀ ਨੇ ਉਹਨਾਂ ਨੂੰ ਵੀ ਇਸ ਗਰਮੀ ਨੇ ਜੋ ਮੀਂਹ ਉਸਨੇ ਗਰਮੀ ਤੋਂ ਨਿਜਾਦ ਦਵਾਈ ਹੈ। ਮੀ ਪੈਨ ਦੇ ਨਾਲ ਗਰਮੀ ਤੋਂ ਪਸ਼ੂ ਪੰਛੀਆਂ ਨੂੰ ਵੀ ਰਾਹਤ ਮਿਲੀ ਹੈ ਅਤੇ ਇਨਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ ਜਿਕਰ ਹੋ ਗਿਆ ਹੈ ਕਿ ਪਿਛਲੇ ਕਈ ਦਿਨਾ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜਿਸ ਕਾਰਨ ਐਮੀ ਜੋ ਹੈ ਉਹ ਲੋਕਾਂ ਦੇ ਲਈ ਇੱਕ ਵਰਦਾਨ ਹੀ ਸਾਬਤ ਹੋਇਆ ਹੈ ਮੀਂਹ ਪੈਣ ਦੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਠੰਡੀਆਂ ਹਵਾਵਾਂ ਜੋ ਚੱਲ ਰਹੀਆਂ ਨੇ ਉਸ ਦੇ ਨਾਲ ਮੌਸਮ ਨੇ ਆਪਣਾ ਮਿਜ਼ਾਜ ਜ਼ਰੂਰ ਬਦਲਿਆ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਜਲੰਧਰ ਦੇ ਵਿੱਚ ਵੀ ਜੋ ਹੈ ਉਮੀ ਪਿਆ ਤੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ। ਹਾਲਾਂਕਿ ਬਾਅਦ ਵਿੱਚ ਫਿਰ ਮੌਸਮ ਉਸੇ ਤਰ੍ਹਾਂ ਦਾ ਹੀ ਹੋ ਗਿਆ। ਫਿਲਹਾਲ ਇਹ ਤਸਵੀਰਾਂ ਫਤਿਹਗੜ੍ਹ ਸਾਹਿਬ ਦੀਆਂ ਨੇ ਜਿੱਥੇ ਕਿ ਮੀਂਹ ਪੈਣ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਜ਼ਰੂਰ ਰਾਹਤ ਮਿਲੀ ਹੈ।